दोस्तों मैं इस वेले अपने पिंड कोटली थान सिंह दे विच खड़ा हाँ और पंजाब के मुख्यमंत्री नूं चेतावनी देनी चाहुंदा कि आम आदमी पार्टी के बूथ के उत्ते लोगों नूं ड्रोन भिखाउण दे लई बाहरों लिया के बंदे जिहड़े इत्थे बिठाए हुए है और इन्हां नूं तुरंत गिरफ्तार करके इन्हां दे खिलाफ परचा दिता जाए। मैं माननीय SHO साहब नूं भी कहा और मैं तुहाडे माध्यम दे राहीं पंजाब सरकार नूं भी कहना चाहना कि मैं कोटली थान सिंह दे अंदर कोई गुंडागर्दी नहीं होण देनी। पिंड दे लोग बिल्कुल अमन अमान दे नाल रह रहे हैं और ये लोगों नूं डरा धमका के कि फलानिया दे घरे शराबां पईआं फलानिया दे घरे शराबां पईआं और पुलिस पार्टी इत्थे आके चेक करके गई है पर हुण सानू डराउण ते धमकाउण दे लई आम आदमी पार्टी दे जिहड़े वर्कर आ उह शायद सोचदे आ तुरंत इत्थे जिहड़ा आ उह अधिकारियां नूं भेजिआ जावे। अगर इन्हां नूं इन्हां इत्थे अगर ना अधिकारी आए ਤਾਂ ਮੈਨੂੰ ਫਿਰ ਕੋਈ ਅਜਿਹੀ ਕਾਰਵਾਈ ਕਰਨੀ ਪੈਗੀ। ਫਿਰ ਮੈਂ ਨਹੀਂ ਚਾਹੁੰਦਾ ਕਿ ਅਮਨ ਕਾਨੂੰਨ ਨੂੰ ਕੋਈ ਸਥਿਤੀ ਜਿਹੜੀ ਆ ਉਹਨੂੰ ਆਪਣੇ ਹੱਥਾਂ ਦੇ ਵਿੱਚ ਲਿਆ ਜਾਵੇ ਕਿਉਂਕਿ ਕੋਈ ਵੀ ਬੰਦਾ ਜਿਹੜਾ ਆ ਉਹ ਪਿੰਡ ਤੋਂ ਬਾਹਰ ਦਾ ਇਲਾਕੇ ਤੋਂ ਬਾਹਰ ਦਾ ਆ ਕੇ ਕਿਸੇ ਪਿੰਡ ਦੇ ਅੰਦਰ ਬੂਥ ਦੇ ਉੱਤੇ ਨਹੀਂ ਬੈਠ ਸਕਦਾ। ਅਜਿਹੀ ਗੁੰਡਾਗਰਦੀ ਮੈਂ ਕੋਟਲੀ ਦੇਖ ਰਹੇ ਹੋਗੀ। ਮੈਂ ਮਾਨਯੋਗ ਸਾਡੇ ਸੈਕਟਰੀ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਰੰਤ ਮੇਰੀ ਵੀਡੀਓ ਦਾ ਐਕਸ਼ਨ ਲੈਂਦੇ ਜਿਹੜਾ ਚੋਣ ਅਧਿਕਾਰੀ ਦੇ ਰਾਹੀਂ ਇਲੈਕਸ਼ਨ ਕਮਿਸ਼ਨ ਇੰਡੀਆ ਨੂੰ ਲਿਖਿਆ ਜਾਵੇ ਕਿ ਪਿੰਡਾਂ ਦੇ ਅੰਦਰ ਆ ਕੇ ਬਾਹਰੋਂ ਬੰਦੇ ਗੁੰਡਾਗਰਦੀ ਕਰ ਰਹੇ ਆ ਔਰ ਜਾਣਬੁੱਝ ਕੇ ਸਾਡੇ ਪਿੰਡ ਦੇ ਬੰਦੇ ਬਾਹਰ ਦੇ ਲੋਕਾਂ ਨੂੰ ਲਿਆ ਕੇ ਕੀ ਇਹ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਮੈਂ ਬੇਨਤੀ ਕਰਦਾ ਇਸ ਗੁੰਡਾਗਰਦੀ ਕਰਵਾ ਕੇ ਡਰਾਉਣ ਧਮਕਾਉਣ ਦੇ ਲਈ ਆਪਣੇ ਬੂਥਾਂ ਦੇ ਉੱਤੇ ਬੰਦੇ ਬਿਠਾ ਕੇ ਜਿਹੜੇ ਉਹ ਤੋਂ ਚੋਣ ਨਹੀਂ ਜਿੱਤ ਸਕਦਾ ਕਿਉਂਕਿ ਕਾਂਗਰਸ ਪਾਰਟੀ ਨੇ 17 ਇਲੈਕਸ਼ਨਾਂ ਪੰਜਾਬ ਦੇ ਵਿੱਚ ਹੁਣ ਤੱਕ ਜਿੱਤੀਆਂ ਨੇ ਔਰ 17 ਇਲੈਕਸ਼ਨਾਂ ਜਲੰਧਰ ਦੇ ਅੰਦਰ ਹੋਈਆਂ ਔਰ 14 ਵਾਰ ਜਿਹੜੀ ਆ ਉਹ ਕਾਂਗਰਸ ਚਾਹੁੰਦੇ ਹੋ ਤੁਸੀਂ ਕੋਟਲੀ ਆਪਣੀ ਹਿੰਮਤ ਦੇ ਨਾਲ ਦਲੇਰੀ ਦੇ ਨਾਲ ਜਿਹੜਾ ਆ ਉਹ ਵਿਧਾਨ ਸਭਾ ਦਾ ਮੈਂਬਰ ਬਣਿਆ ਔਰ ਮੈਂ ਕਹਿਣਾ ਚਾਹੁੰਦਾ ਪਿੰਡ ਦੇ ਲੋਕਾਂ ਨੂੰ ਕਿ ਤੁਸੀਂ ਜਿਸ ਤਰੀਕੇ ਨਾਲ ਮੇਰਾ ਸਾਥ ਦਿੱਤਾ ਹੈ ਅੱਜ ਵੀ ਦੇਖੋ ਹਜ਼ਾਰਾਂ ਵਰਕਰ ਮੇਰੇ ਜਿਹੜੇ ਇੱਥੇ ਪਿੰਡ ਦੇ ਜਿਹੜੇ ਆ ਉਹ ਇਕੱਠੇ ਹੋ ਰਹੇ ਆ ਸੈਂਕੜੇ ਲੋਕ ਇਕੱਠੇ ਹੋ ਰਹੇ ਆ ਕੋਈ ਕਿਸੇ ਦੇ ਅੰਦਰ ਡਰ ਭੌ ਨਹੀਂ ਹੈ। ਤੋਂ ਮੈਂ ਪਿੰਡ ਦੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀ ਗੁੰਡਾਗਰਦੀ ਪਿੰਡ ਦੇ ਵਿੱਚ ਜਿਹੜੀ ਆ ਬਿਲਕੁਲ ਨਾ ਕੀਤੀ ਜਾਵੇ। ਪਿੰਡ ਦੇ ਵਿੱਚ ਅਮਨ ਅਮਾਨ ਤੇ ਅਮਨ ਸ਼ਾਂਤੀ ਜਿਹੜੀ ਆ ਉਹ ਇਤਰਾ ਨਹੀਂ ਇਥੋਂ ਜਾ ਸਕਦੇ ਤੁਰੰਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।